ਕਲੀਅਰ ਆ ਕਿ ਇਸ ਮੁਲਕ ਦੇ ਵਿੱਚ ਪਾਣੀਆਂ ਦੀ ਵੰਡ ਜਿਹੜੀ ਆ ਉਹ ਮਾਨਤਾਵਾਂ ਪਰੰਪਰਾਵਾਂ ਅਤੇ ਰਿਪੇਰੀਅਨ ਲਾ ਦੇ ਅਨੁਸਾਰ ਹੀ ਹੋਣੀ ਚਾਹੀਦੀ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੁਲਕ ਦੇ ਵਿੱਚ ਸਭ ਤੋਂ ਪਹਿਲੀ ਆਵਾਜ਼ ਉਠਾਈ। ਭਾਵੇਂ ਅੱਜ ਹਿੰਦੁਸਤਾਨ ਦੇ 60% ਸੂਬਿਆਂ ਨੇ ਉਹ ਮੰਗ ਉਠਾਉਣੀ ਸ਼ੁਰੂ ਕੀਤੀ ਆ ਕਿ ਪਾਣੀਆਂ ਦੀ ਅਤੇ ਹੱਕ ਜਿਹੜਾ ਉਹਨਾਂ ਸੂਬਿਆਂ ਦਾ ਹੀ ਹੋਣਾ ਚਾਹੀਦਾ ਜਿਹੜੇ ਸੂਬੇ ਦਰਿਆਵਾਂ ਦੇ ਪਾਣੀ ਦੀ ਬਰਬਾਦੀ ਤਬਾਹੀ ਝੱਲਦੇ ਨੇ, ਅਤੇ ਜੇ ਬਰਬਾਦੀ ਤਬਾਹੀ ਸੂਬੇ ਝੱਲਣ ਅਤੇ ਫਾਇਦਾ ਕੋਈ ਹੋਰ ਲਵੇ ਉਹ ਅੱਜ ਦੇ ਯੁੱਗ ਵਿੱਚ ਕਿਸੇ ਤਰ੍ਹਾਂ ਵੀ ਨਹੀਂ। ਪਾਣੀਆਂ ਦੇ ਮਸਲੇ 'ਚ ਪੰਜਾਬ ਨਾਲ ਬਹੁਤ ਧੱਕਾ ਹੋਇਆ ਔਰ ਉਹਦੇ 'ਚ ਪਾਣੀਆਂ ਦੇ ਮਸਲੇ 'ਚ ਅਕਾਲੀ ਦਲ ਪੂਰਾ ਸਪਸ਼ਟ ਆ। ਖਾਸ ਤੌਰ 'ਤੇ SYL ਦੇ ਮੁੱਦੇ 'ਚ ਤਾਂ ਅਕਾਲੀ ਦਲ ਨੇ ਜੋ ਸਟੈਂਡ ਲਿਆ ਕਿ ਜਿਹੜਾ ਨਾ ਤਾਂ ਪਾਣੀ ਆ ਅਤੇ ਨਾ ਜ਼ਮੀਨ ਆ, ਜ਼ਮੀਨ ਮਾਲਕਾਂ ਨੂੰ ਚਲੀ ਗਈ, ਪਾਣੀ ਹੈ ਨਹੀਂ, ਅਤੇ SYL ਦਾ ਮੁੱਦਾ ਤਾਂ ਖਤਮ ਹੋ ਜਾਣਾ ਚਾਹੀਦਾ। ਅਤੇ ਇਹ ਹੀ ਮੁੱਦਾ ਅਸੀਂ ਬਣਾ ਕੇ ਕੱਲ੍ਹ ਆਲ ਪਾਰਟੀ ਮੀਟਿੰਗ 'ਚ ਵੀ ਰੱਖਾਂਗੇ। ਔਰ ਦੂਜੀ ਗੱਲ, ਜਿਹੜਾ ਹੁਣ ਪਾਣੀ ਬਾਹਰ ਜਾਂਦਾ ਦੂਜੇ ਪ੍ਰਦੇਸ਼ਾਂ ਨੂੰ, ਉਹ ਪਾਣੀ ਨਾ ਜਾਵੇ ਉਹਦੇ ਲਈ ਸਮੁੱਚਾ ਪੰਜਾਬ ਇਕੱਠਾ ਹੋ ਕੇ ਲੜੇ। ਔਰ ਅਸੀਂ ਕਹਿੰਦੇ ਹਾਂ ਵੀ ਜਿਵੇਂ ਕਹਿੰਦੇ ਦੇਰ ਆਏ ਦਰੁਸਤ ਆਏ, ਚਲੋ ਪੰਜਾਬ ਨੂੰ ਬਹੁਤ ਦੇਰ ਪਹਿਲਾਂ ਇਕੱਠੇ ਹੋਣਾ ਚਾਹੀਦਾ ਸੀ ਪਾਣੀਆਂ ਦੇ ਮਸਲੇ 'ਚ, ਪਰ ਜੇ ਹੁਣ ਵੀ ਕੱਲ੍ਹ ਦੀ ਸਰਬ ਪਾਰਟੀ ਮੀਟਿੰਗ 'ਚ ਸਾਰੇ ਇਕੱਠੇ ਹੁੰਦੇ ਨੇ ਤਾਂ ਸਾਨੂੰ ਤਾਂ ਇਸ ਗੱਲ ਦੀ ਖੁਸ਼ੀ ਹੋਏਗੀ। ਨਹੀਂ ਨਹੀਂ ਅੱਜ ਢੀਂਡਸਾ ਸਾਹਿਬ ਉਹਨਾਂ ਬਾਰੇ ਜਾਂ ਪਰਮਿੰਦਰ ਜੀ ਬਾਰੇ ਕੋਈ ਚਰਚਾ ਨਹੀਂ ਹੋਈ। ਕੇਵਲ ਅਤੇ ਕੇਵਲ ਜਿਹੜੀ ਚਰਚਾ ਹੈ ਉਹ ਹੈ ਕਿ ਪੰਜਾਬ ਦੇ ਵਿੱਚ ਬਹੁਤ ਵੱਡਾ ਸਕੈਂਡਲ ਘੁਟਾਲਾ ਹੋਇਆ, ਪੰਜਾਬ ਦੇ ਲੋਕਾਂ ਦੀਆਂ ਜੇਬਾਂ 'ਤੇ ਚੂਨਾ ਲੱਗ ਗਿਆ 4,100 ਕਰੋੜ ਰੁਪਏ ਦਾ ਬਿਜਲੀ ਦੇ ਮਾਮਲੇ ਦੇ ਵਿੱਚ। ਪੰਜਾਬ ਸਰਕਾਰ ਦੀ ਨਲਾਇਕੀ ਕਹਿ ਲਓ, ਲਾਪਰਵਾਹੀ ਕਹਿ ਲਓ, ਕੁਤਾਹੀ ਕਹਿ ਲਓ ਜਾਂ ਚੋਰ ਅਤੇ ਕੁੱਤੀ ਰਲੇ ਹੋਏ ਦੀ ਗੱਲ ਕਹਿ ਲਓ, ਵੀ ਕਿਤੇ ਨਾ ਕਿਤੇ ਆਣ ਸਾਂਢ ਕਰਕੇ ਪੰਜਾਬ ਸਰਕਾਰ ਕੇਸ ਹਾਰੀ ਅਤੇ ਜਿਹੜੇ ਥਰਮਲ ਪਲਾਂਟ ਦੀਆਂ ਕੰਪਨੀਆਂ ਉਹ ਕਿਸੇ ਜਿੱਤ ਗਈਆਂ, ਜਿਹਦਾ ਬੋਝ ਪੰਜਾਬ ਦੇ ਲੋਕਾਂ ਦੀਆਂ ਜੇਬਾਂ 'ਤੇ ਪੈ ਰਿਹਾ ਉਹ ਇੱਕ ਬਹੁਤ ਵੱਡਾ ਸਕੈਂਡਲ ਆ। ਉਹਦੀ CBI ਤੋਂ ਜਾਂਚ ਮੰਗੀ ਆ ਅਸੀਂ। ਜੇ CBI ਦੀ ਜਾਂਚ ਮਾਨਯੋਗ ਗਵਰਨਰ ਪੰਜਾਬ ਨੇ ਨਾ ਮਾਰ ਕੀਤੀ ਤਾਂ ਅਸੀਂ ਲਾਜ਼ਮੀ ਤੌਰ 'ਤੇ ਇਹ ਅਦਾਲਤ ਦਾ ਕੁੰਡਾ ਖੜਕਾਵਾਂਗੇ।